ਜੇ ਤੁਸੀਂ ਮੈਨੂੰ ਪੁੱਛੋ ਵੀ ਭਾਈ ਸਾਹਿਬ ਜੀ ਵੀਰ ਜੀ ਇਹ ਦੱਸੋ ਵੀ ਬੰਦਾ ਸਦਾ ਲਈ ਸ਼ਾਂਤ ਕਿਵੇਂ ਹੋ ਸਕਦਾ ਬਿਲਕੁਲ ਸੁਖੀ ਸੁਖੀ ਖੁੜਿਆ ਖੜਿਆ ਇਹਦਾ ਤਰੀਕਾ ਦੱਸੋ ਇੱਕੋ ਹੀ ਤਰੀਕਾ ਹੈ ਗੁਰਬਾਣੀ ਨੂੰ ਸਮਝ ਕੇ ਆਪਣੇ ਫਰਜ਼ ਪਛਾਣਨੇ ਸ਼ੁਰੂ ਕਰ ਦੇ ਆਪਣੀ ਡਿਊਟੀ ਦਿਲ ਲਾ ਕੇ ਕਰਨ ਲੱਗ ਜਾ ਹਰੇਕ ਕੰਮ ਸਮੇਂ ਸਿਰ ਕਰਨ ਲੱਗ ਜਾ ਮੈਂ ਕਹਿੰਦਾ ਤੁਹਾਡਾ ਟਾਈਮ ਟੇਬਲ ਬਣਿਆ ਹੋਵੇ ਵੇਖਿਓ 5 ਵਜੇ ਉੱਠਣਾ ਹੈ ਇਦਾਂ ਜੇ ਤੁਸੀਂ 5 ਵਜੇ ਉੱਠਦੇ ਆ ਜੋ ਵੀ ਤੁਹਾਡਾ ਰੁਟੀਨ ਹੈ ਪਤਾ ਨਹੀਂ ਮੈਨੂੰ 5 ਵਜੇ ਉੱਠਣਾ ਹੈ 5:15 ਵਜੇ ਤੱਕ ਮੈਂ ਬਾਥਰੂਮ ਵਗੈਰਾ ਗਿਆ ਬ੍ਰਸ਼ ਕਰ ਲਿਆ 5:30 ਤੱਕ ਮੈਂ ਨਹਾਉਣਾ ਹੈ 6:15 ਮੈਂ ਚਾਹ ਪੀਣੀ ਹੈ 6 ਵਜੇ ਮੈਂ ਆਹ ਕੰਮ ਕਰਨਾ ਹੈ 7 ਵਜੇ ਮੈਂ ਆਹ ਕਰਨਾ ਹੈ 9 ਵਜੇ ਮੈਂ ਆਹ ਕੰਮ ਕਰਦਾ 9 ਤੋਂ 11 ਮੈਂ ਆਹ ਕਰਦਾ ਹੁੰਨਾ 11 ਤੋਂ ਮੈਂ ਆਹ ਕਰਦਾ 3 ਵਜੇ ਫਿਰ ਮੈਂ ਆਹ ਕੰਮ ਕਰਦਾ 3:30 ਤੱਕ ਮੈਂ ਇਦਾਂ ਕਰਨਾ ਹੈ ਤੁਹਾਡੇ ਟਾਈਮ ਮੁੱਠੀ ਜਾ ਜਾਏ ਪਲੈਨਿੰਗ ਨਾਲ ਡਿਸਪਲਿਨ ਨਾਲ ਜਦੋਂ ਪੱਕਾ ਟਾਈਮ ਟੇਬਲ ਬਣਾ ਲੈਂਦਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰ ਦੇ ਚਾਹ ਪੀਣ ਤੋਂ ਲੈ ਕੇ ਰਾਤ ਦੇ ਦੁੱਧ ਪੀਣ ਤੱਕ ਇੱਕ ਇੱਕ ਚੀਜ਼ ਦਾ ਟਾਈਮ ਟੇਬਲ ਬਣਾ ਵੀ ਆਹ 1 ਘੰਟਾ ਮੈਂ ਆਪਣੇ ਯਾਰ ਬੇਲੀਆਂ ਨਾਲ ਬੈਠਦਾ ਆਹ 1/2 ਘੰਟਾ ਮੈਂ ਫੋਨ ਵੇਖਦਾ ਆਹ 1 ਘੰਟਾ ਮੈਂ ਸੈਰ ਕਰਕੇ ਆਉਂਦਾ ਆਹ 1/2 ਘੰਟਾ ਮੈਂ ਨਿਤਨੇਮ ਕਰਦਾ ਆਹ ਮੈਂ ਇੰਨਾ ਟਾਈਮ ਇੱਕ ਇੱਕ ਚੀਜ਼ ਦਾ ਟਾਈਮ ਟੇਬਲ ਮੈਂ ਕੰਮ ਤੇ ਜਾਣਾ 8 ਘੰਟੇ 15 ਮਿੰਟ ਮੇਰੇ ਰਾਹ 'ਚ ਲੱਗਦੇ ਜਾਣ ਤੇ 15 ਆਉਣ ਤੇ ਕੱਲੀ ਕੱਲੀ ਚੀਜ਼ ਦਾ ਟਾਈਮ ਟੇਬਲ ਬਣਾਓ ਸਾਰੇ ਦਿਨ ਦਾ ਸ਼ਡਿਊਲ ਬਣਾਓ ਕੱਲ ਦਾ ਸ਼ਡਿਊਲ ਬਣਾਓ ਕੱਲ ਨੂੰ ਰਾਤ ਨੂੰ ਸੌਣ ਲੱਗਿਆਂ ਪਰਸੋਂ ਦਾ ਸ਼ਡਿਊਲ ਬਣਾਓ ਪਰਸੋਂ ਨੂੰ ਸੌਣ ਲੱਗਿਆਂ ਚੌਥੇ ਦਾ ਸ਼ਡਿਊਲ ਬਣਾਓ ਬੋਰਿੰਗ ਪਤਾ ਜ਼ਿੰਦਗੀ ਕਦੋਂ ਲੱਗਦੀ ਹੈ 8 ਵੱਜ ਗਏ ਰੋਟੀ ਖਾ ਲਈ ਬੈਠੇ ਆ ਹੁਣ ਬਸ ਵਿਹਲੇ ਕੀ ਕਰਨਾ ਹੈ ਬੱਕਾ ਵੇਖਦੇ ਆ ਵੀ ਕੀ ਕਰਨਾ ਹੈ ਸੋਚਦੇ ਆ ਬਸ ਚੱਲਦੇ ਆ ਤਾਸ਼ਾ ਵਾਲਿਆਂ ਕੋਲ ਬਹਿ ਗਏ 3 ਵੱਜ ਗਏ 4 ਵੱਜ ਗਏ 5 ਵੱਜ ਗਏ 3:00 ਵਜੇ ਲੰਚ ਟਾਈਮ ਜਿਵੇਂ ਚਾਹ ਪੀਣ ਆਉਣੀ ਹੁੰਦੀ ਘਰੇ 3 ਵਾਲੀ ਪੀ ਕੇ ਫੇਰ ਉੱਥੇ ਬਸ ਚੱਲੀ ਜਾਂਦਾ ਕਰਦੇ ਆ ਬਸ ਵਿਹਲੇ ਐ ਨਹੀਂ ਜ਼ਿੰਦਗੀ ਲੰਘਦੀ ਰਸ ਨਹੀਂ ਆਉਂਦਾ ਵੀਰੋ ਭਰਾਵੋ ਦਿਨ ਦੇ ਦੀਵਾਨ ਚੱਲਦੇ ਨਾ ਸਾਡੇ ਤੇ ਮੈਂ ਉੱਥੇ ਬੇਨਤੀ ਕਰਦਾ ਹੁੰਦਾ ਜਦੋਂ ਵੱਜਦੇ ਆ ਨਾ ਸ਼ਾਮ ਦੇ 4 ਵਜੇ ਹਿਲਜੁਲ ਹੋਣ ਲੱਗ ਜਾਂਦੀ ਕਿਉਂਕਿ ਜਿਨ੍ਹਾਂ ਨੇ ਪੱਠੇ ਪਾਉਣੇ ਹੁੰਦੇ ਘਰੇ ਜਾ ਕੇ ਉਹਨਾਂ ਨੂੰ 4 ਵਜੇ ਹੁੰਦਾ ਵੀ ਭੋਗ ਪਵੇ ਚੱਲੀਏ ਘਰ ਨੂੰ ਜਿਹੜੀਆਂ ਬੀਬੀਆਂ ਨੇ ਘਰੇ ਜਾ ਕੇ ਰੋਟੀ ਪਕਣ ਬਣਾਉਣੀ ਹੁੰਦੀ ਹੈ ਉਹ ਵੀ ਪਰੇਸ਼ਾਨ ਹੋ ਜਾਂਦੀਆਂ ਵੀ ਘਰ ਵਾਲਾ ਕਹੇਗਾ ਵੀ ਤੂੰ 4 ਵਜੇ 5 ਵਜੇ 6 ਵਜੇ ਘਰ ਵੜੀ ਹੈ ਉਹ ਵੀ ਪਰੇਸ਼ਾਨ ਹੁੰਦੀ ਹੈ ਸੁਣਿਓ ਸੁਖੀ ਬੰਦਾ ਕਿਹੜਾ ਬੈਠਾ ਹੁੰਦਾ ਦੀਵਾਨ ਵਿੱਚ ਜਿਹੜੇ ਦੀਵਾਨ ਨੂੰ ਸੁਣਦੇ ਹੋ ਮੈਂ ਦੀਵਾਨ 'ਚ ਇਹ ਗੱਲ ਬਹੁਤ ਵਾਰ ਕਰਦਾ ਉਹ ਸੁਖੀ ਪਤਾ ਕਿਹੜਾ ਬੈਠਾ ਹੈ ਜਿਹਨੂੰ ਪਤਾ ਵੀ ਦੀਵਾਨ 'ਚ ਜਾਣਾ ਹੈ ਸ਼ਾਮ ਦੇ ਵੱਜ ਜਾਣਗੇ 5 ਆਪਾਂ ਐਂ ਕਰੀਏ ਅੱਜ ਪੱਠੇ ਦੱਥੇ ਪਾ ਕੇ ਜਾਈਏ ਪੱਠੇ ਵੇਲੇ ਨਾਲ ਵੱਢ ਕੇ ਲਿਆਇਆ ਮੱਝਾਂ ਦਾ ਨਵੇੜ ਕੇ ਖੁਰਲੀਆਂ 'ਚ ਪਾ ਕੇ ਆਇਆ ਹੈ ਜਾ ਕੇ ਕੀ ਕਰਨਾ ਬਸ ਮੱਝਾਂ ਖੋਲਣੀਆਂ ਖੁਰਲੀਆਂ ਤੇ ਬੰਨ ਦੇਣੀਆਂ ਪਿਓ ਲੜੇਗਾ ਦੱਸੋ ਨਵੇੜ ਕੇ ਆਇਆ ਨਾ ਅੱਛਾ ਸੁਣੋ ਉਹ ਆਰਾਮ ਨਾਲ ਬਹਿ ਕੇ ਦੀਵਾਨ ਸੁਣੂ ਕੋਈ ਨਹੀਂ ਭਾਈ ਭਾਵੇਂ 4 ਵੱਜਣ ਭਾਵੇਂ 5 ਵੱਜਣ ਆਰਾਮ ਨਾਲ ਐ ਬਹਿ ਕੇ ਰਿਲੈਕਸ ਹੋ ਕੇ ਕੋਈ ਟੈਨਸ਼ਨ ਹੈ ਉਸ ਬੰਦੇ ਨੂੰ ਦੁਖੀ ਹੈ ਨਹੀਂ ਅੱਛਾ ਵੇਖਿਓ ਜਿਹੜੀ ਬੀਬੀ ਦੀਵਾਨ ਸੁਣਨ ਆਈ ਹੈ ਉਹਨੇ ਕੀ ਕੀਤਾ ਸਵੇਰੇ ਸਬਜ਼ੀ ਬਣਾਈ ਸ਼ਾਮ ਵਾਲੀ ਬਣਾ ਕੇ ਫਰਿੱਜ 'ਚ ਰੱਖਤੀ ਆਟਾ ਗੁੰਨ ਕੇ ਫਰਿੱਜ 'ਚ ਰੱਖਤਾ ਘਰੇ ਜਾ ਕੇ ਕੀ ਕਰਨਾ ਹੁਣ ਸਬਜ਼ੀ ਗਰਮ ਕਰਨੀ ਹੈ ਤੇ ਫੁਲਕੇ ਲਾ ਲੈਣੇ ਆ ਉਹ ਦੀਵਾਨ 'ਚ ਆਰਾਮ ਨਾਲ ਬੈਠੂ ਕੋਈ ਟੈਨਸ਼ਨ ਹੈ ਉਹਨੂੰ ਬੀਬੀ ਨੂੰ ਰਿਲੈਕਸ ਬੈਠੀ ਹੈ ਤੇ ਜੇ ਕੰਮ ਕੀਤਾ ਨਹੀਂ ਅਜੇ 6 ਵਜ ਚੱਲੇ ਆ ਸਬਜ਼ੀ ਖਰੀਦੀ ਨਹੀਂ ਆਟਾ ਗੁੰਨਿਆ ਨਹੀਂ ਤੇ ਘਰ ਵਾਲਾ ਜਾਂਦਿਆਂ ਨੂੰ ਡਾਂਗ ਲੈ ਖੜਾ ਹੋਵੇ ਕਿੱਥੋਂ ਆਈ ਹੈ ਤੂੰ ਉਹ ਕਹਿੰਦਾ ਮੈਂ ਦੀਵਾਨ ਸੁਣ ਕੇ ਆਈ ਹਾਂ ਨਾਲੇ 4 ਗਾਲਾਂ ਬਾਬੇ ਨੂੰ ਕੱਢਦਾ ਕਿਹੜੇ ਬਾਬੇ ਦਾ ਦੀਵਾਨ ਸੁਣ ਕੇ ਆਈ ਤੂੰ ਨਾਲੇ ਅਗਲਾ ਮੈਨੂੰ ਗਾਲਾਂ ਕੱਢੂ ਨਾਲੇ ਬੀਬੀ ਨੂੰ ਕੱਢੂ ਕਿ ਨਹੀਂ ਕੱਢੂ ਉਹ ਬੀਬੀ ਦਾ ਜੀ ਲੱਗ ਸਕਦਾ ਦੀਵਾਨ ਵਿੱਚ ਬਹਿ ਕੇ ਜਿਹਨੂੰ ਫਿਕਰ ਹੋਵੇ ਟੈਨਸ਼ਨ ਹੋਵੇ ਸ਼ਾਂਤ ਹੋ ਸਕਦੀ ਹੈ ਲਓ ਜੀ ਇਹੋ ਜੀਆਂ ਬੀਬੀਆਂ ਜਿਨ੍ਹਾਂ ਨੂੰ ਘਰ ਡਾਂਗ ਵਾਲਾ ਖੜਾ ਹੈ ਇੱਥੇ ਬੈਠੀਆਂ ਤੁਹਾਡੇ 'ਚ ਵੀਰ ਬੈਠਾ ਕੋਈ ਜਿਹਨੇ ਸਾਰੇ ਕੰਮ ਕਰਨ ਵਾਲੇ ਹੈ ਤੇ ਮੈਂ ਕਹਾਂ ਲਾ ਮੈਂ ਚਾਹੇ ਜੋ ਮਰਜ਼ੀ ਕਰ ਲਾਂ ਉਹ ਜਿਹੜੇ ਜਿਨ੍ਹਾਂ ਦੇ ਸਿਰ ਤੇ ਟੈਨਸ਼ਨ ਹੈ ਨਾ ਉਹਨਾਂ ਨੂੰ ਮੈਂ ਸ਼ਾਂਤ ਨਹੀਂ ਕਰ ਸਕਦਾ ਜ਼ਿੰਮੇਵਾਰੀਆਂ ਤੋਂ ਭਗੌੜਿਆਂ ਨੂੰ ਮੈਂ ਸ਼ਾਂਤ ਨਹੀਂ ਕਰ ਸਕਦਾ
ਦੁਨੀਆ ਦਾ ਕੋਈ ਸਿਮਰਨ ਨਹੀਂ ਕਰਦਾ, ਕੋਈ ਬਾਬਾ ਨਹੀਂ ਕਰਦਾ, ਕੋਈ ਗੁਰੂ ਨਹੀਂ ਕਰਦਾ। ਗੁਰੂ ਸਾਹਿਬ ਤੇ ਗਿਆਨ ਦਿੰਦੇ ਆ, ਕਹਿੰਦੇ ਆਪਣੇ ਕੰਮਾਂ ਨੂੰ ਟਾਈਮ ਸਿਰ ਕਰਿਆ ਕਰ, ਰਿਲੈਕਸ ਰਹੇਗਾ। ਵੇਖਿਓ ਮੈਂ ਐਗਜ਼ੈਂਪਲ ਦਿੰਦਾ, ਇੱਥੇ ਜਿੰਨੇ ਗੋਰੇ ਆ ਨਾ ਉਹਨਾਂ ਦੀ ਜ਼ਿੰਦਗੀ 'ਚ ਡਿਸਿਪਲਨ ਹੈ, ਉਹਨਾਂ ਦਾ ਟਾਈਮ ਟੇਬਲ ਹੈ, ਉਹ ਸ਼ਾਂਤ ਤਾਂ ਹੈ। ਵੀ ਇੱਕ ਬੰਦਾ ਉਹ ਹੈ ਜਿਹਨੇ ਟ੍ਰੇਨ ਫੜਨੀ ਹੈ ਬਠਿੰਡੇ, ਤੇ ਟ੍ਰੇਨ ਦਾ ਟਾਈਮ ਹੈ ਸਵੇਰੇ 8 ਵਜੇ ਦਾ, 8 ਵਜੇ ਦਾ ਟਾਈਮ ਹੈ। ਜੇ ਬਠਿੰਡੇ 8 ਵਜੇ ਪਹੁੰਚਣਾ ਤੇ ਘਰੋਂ ਕਿੰਨੇ ਵਜੇ ਚੱਲਣਾ ਪਊ? 7 ਵਜੇ, 7 ਵਜੇ ਚੱਲਣਾ ਪਊ। ਜੇ ਉਹਨੇ 7 ਵਜੇ ਟ੍ਰੇਨ ਫੜਨੀ ਹੈ ਤੇ ਘਰੋਂ ਕਿੰਨੇ ਵਜੇ ਚੱਲਣਾ ਪਊ? 6 ਵਜੇ। ਹੁਣ ਇੱਕ ਬੰਦਾ ਉਹ ਹੈ, ਸੁਣਿਓ ਹੁਣ ਧਿਆਨ ਨਾਲ ਗੱਲ ਪਕੜਿਓ, ਇੱਕ ਬੰਦਾ ਉਹ ਹੈ ਜਿਹੜਾ ਸਵੇਰੇ 4 ਵਜੇ ਉੱਠਿਆ, 4 ਵਜੇ ਉੱਠ ਕੇ ਐਦਾਂ ਨਾ ਜੀ ਬਿਸਤਰੇ ਤੇ ਬੜੀ ਮੌਜ ਨਾਲ ਕਹਿੰਦਾ, ਜਹਿ ਪ੍ਰਸਾਦ ਸੁਖ ਸੇਜ ਸੋਈ ਜਾਏ। ਬਈ ਮਾਲਕ ਦੀ ਖੇਡ ਵੇਖੋ, ਕਿੰਨਾ ਵਧੀਆ ਬਿਸਤਰਾ ਆਸਣ ਸਭ ਕੁਝ, ਕਿੰਨਾ ਸ਼ੁਕਰ ਹੈ, ਸ਼ੁਕਰ ਹੈ। ਸਾਹ ਚੱਲਦੇ ਐ, ਦਿਮਾਗ ਚੱਲਦਾ ਹੈ, ਘਰ ਬਣਾਇਆ ਹੈ, ਕੋਠੀਆਂ ਬਣਾਈਆਂ ਹੈ, ਬੈੱਡ ਤੇ ਪਏ ਆ, ਸ਼ੁਕਰ ਹੈ, ਸੌਖੇ ਆ, ਬੜੇ ਸੌਖੇ। ਵੇਖਿਓ ਬੜਾ ਸ਼ਾਂਤ ਸ਼ਾਂਤ ਉੱਠਿਆ, ਟ੍ਰੇਨ ਕਿੰਨੇ ਵਜੇ ਫੜਨੀ ਹੈ? 7 ਵਜੇ। 4 ਵਜੇ ਉੱਠ ਪਿਆ, 7 ਵਜੇ ਟ੍ਰੇਨ ਫੜਨੀ ਹੈ, 6 ਵਜੇ ਘਰੋਂ ਤੁਰਨਾ, 2 ਘੰਟੇ ਪਹਿਲਾਂ ਉੱਠਿਆ। ਤੇ ਉੱਠ ਕੇ ਪਹਿਲਾਂ ਤੇ 5-7 ਮਿੰਟ ਐਂ ਬਸ ਬੈੱਡ ਤੇ ਬੈਠਾ ਰਿਹਾ, ਐਂ ਰਿਲੈਕਸ। ਤੇ ਸੁੱਤਾ ਕਿੰਨੇ ਵਜੇ ਸੀ ਜੀ? ਜੇ 4 ਵਜੇ ਉੱਠਣਾ ਹੋਵੇ ਤੇ ਨੀਂਦ ਨਾਰਮਲ ਬੰਦੇ ਨੂੰ ਕਿੰਨੀ ਚਾਹੀਦੀ ਹੈ? 7 ਘੰਟੇ। ਤੇ ਸੁੱਤਾ ਕਿੰਨੇ ਵਜੇ ਹੋਣਾ ਫਿਰ? 9 ਵਜੇ, 9 ਵਜੇ ਸੁੱਤਾ ਹੋ, 9 ਵਜੇ ਦਾ ਸੁੱਤਾ ਹੈ, 8 ਵਜੇ ਰੋਟੀ ਖਾਧੀ ਹੋਣੀ ਹੈ, 9 ਵਜੇ ਸੁੱਤਾ ਹੋਣਾ ਹੈ। ਸੈੱਲ ਸੈੱਲ ਚਾਰਜ ਹੈ ਜੀ, 7 ਘੰਟੇ ਸੌਣ ਕਰਕੇ ਬਾਡੀ ਦਾ ਸੈੱਲ ਸੈੱਲ ਚਾਰਜ, ਐ ਸਰੀਰ ਐਕਟਿਵ, ਦਿਮਾਗ ਖੁੱਲ ਗਿਆ, ਫਟਾਫਟ ਬੈਠਾ ਹੈ, ਫਿਰ 10 ਮਿੰਟ ਬਹਿ ਕੇ ਫਿਰ ਗਿਆ ਬਾਥਰੂਮ, ਫਰੈਸ਼ ਹੋਇਆ, ਚੰਗੀ ਤਰ੍ਹਾਂ ਬਰੀਜ ਨਾਲ ਬ੍ਰਸ਼ ਕਰਦਾ ਹੈ, ਫਿਰ ਸਾਰੇ ਸਰੀਰ ਤੇ ਤੇਲ ਮਲਦਾ ਹੈ, ਫਿਰ ਡੰਡ ਲਾਉਂਦਾ, ਮੜਜ ਖੋਲੋ, ਇਹ ਸਟ੍ਰੈਚਿੰਗ ਕਰੋ, ਸਰੀਰ ਖੋਲੋ, 5-4 ਬੈਠਕਾਂ ਬੂਠਕਾਂ ਮਾਰੀਆਂ, ਛਾਲਾਂ ਛੂਲਾਂ ਮਾਰੀਆਂ, ਸਰੀਰ ਐਂ ਹੋ ਗਿਆ, ਖੁੱਲ ਗਿਆ ਘੋੜੇ ਵਰਗਾ, ਐ ਕੈਮ ਕੈਮ ਹੋ ਗਿਆ। ਫਿਰ ਰੀਝ ਨਾਲ ਨਹਾਤਾ, ਅੱਧਾ ਘੰਟਾ ਲਾ ਕੇ ਨਹਾਤਾ, ਫਿਰ ਬੰਨੀ ਪੱਗ, ਦਸਤਾਰ ਬੰਨੀ ਰੀਝ ਨਾਲ, ਘਰ ਵਾਲੀ ਨੇ ਉਧਰੋਂ ਪਰੌਂਠੇ ਬਣਾਤੇ, ਨਾਲ ਦਹੀਂ ਨਾਲ ਅੰਬ ਦਾ ਅਚਾਰ ਬਣ ਗਿਆ, ਸਾਰਾ ਕੁਝ ਤਿਆਰ ਹੋ ਗਿਆ। ਹੁਣ ਇਹ ਸਾਰਾ ਕੁਝ ਨਿਬੇੜ ਕੇ ਹੁਣ ਇਹਨੇ ਤੁਰਨਾ ਹੈ ਘਰੋਂ 6 ਵਜੇ, ਘੰਟੇ ਦੇ ਵਿੱਚ ਐ ਰੈਡੀ ਹੋ ਕੇ 5 ਵਜਦੇ ਨੂੰ, ਫਿਰ ਗਿਆ ਬੇਬੇ ਕੋਲ ਬਹਿ ਗਿਆ, 5 ਮਿੰਟ ਬੇਬੇ ਦਵਾਈ ਦਾ ਧਿਆਨ ਰੱਖੀ ਮੈਂ ਆਜੂ ਛੇਤੀ, ਬਾਪੂ ਕੋਲ ਬੈਠਾ 5 ਮਿੰਟ ਉਹਦੇ ਕੋਲੇ ਲਾਏ, ਬਾਪੂ ਲੱਤਾਂ ਲੁੱਤਾਂ ਘੁੱਟ ਲੀਆਂ ਉਹਦੀਆਂ, ਬਾਪੂ ਕਾਇਮ ਰਹੀ, ਬਸ ਮੈਂ ਆਇਆ 2 ਦਿਨਾਂ 'ਚ ਕੰਮ ਤੇ ਚੱਲਿਆ, ਬਾਪੂ ਵੀ ਖੁਸ਼ ਵੀ ਸਾਡਾ ਪੁੱਤ ਸਾਡੇ ਕੋਲੇ 5 ਮਿੰਟ ਬਹਿ ਕੇ ਸਾਡਾ ਹਾਲ ਚਾਲ ਪੁੱਛਦਾ, ਦਵਾਈ ਨਾਲ ਨਹੀਂ ਤੁਹਾਡਾ ਹਾਲ ਪੁੱਛਣ ਨਾਲ ਬਜ਼ੁਰਗ ਠੀਕ ਹੋ ਜਾਂਦੇ ਆ। ਬੜੇ ਆ ਜੀ ਸਾਡੇ 'ਚ, ਕਈ ਪਿਓ ਨਾ ਪੁੱਤ ਨੂੰ ਪਿਆਰ ਬਹੁਤ ਕਰਦੇ ਆ, ਪਰ ਕਦੇ ਪੁੱਤ ਨੂੰ ਐਂ ਘੁੱਟ ਕੇ ਲਾ ਕੇ ਐਂ ਨਹੀਂ ਕਹਿੰਦੇ ਵੀ ਪੁੱਤ ਮੈਂ ਤੈਨੂੰ ਪਿਆਰ ਬਹੁਤ ਕਰਦਾ, ਕਹਿੰਦੇ ਨਹੀਂ, ਪਿਓ ਨਹੀਂ ਕਹਿੰਦੇ। ਸਾਡੇ 'ਚ ਕਿੰਨੇ ਬੰਦੇ ਆ ਪਿਓ ਨੂੰ ਪਿਆਰ ਬਹੁਤ ਕਰਦੇ ਆ, ਸਾਡੇ 'ਚ ਵੀ ਕੀ ਕਰਦੇ, ਜਿਹਦੇ ਮਰ ਗਿਆ ਰੋਵਾਂਗੇ ਬਹੁਤ, ਪਰ ਜਿਉਂਦੇ ਜੀ, ਜਿਉਂਦੇ ਜੀ ਅਸੀਂ ਪਿਓ ਨੂੰ ਐਂ ਜੱਫੀ ਪਾ ਕੇ ਕਦੇ ਨਹੀਂ ਕਿਹਾ ਵੀ ਬਾਪੂ ਮੈਂ ਤੈਨੂੰ ਬਹੁਤ ਪਿਆਰ ਕਰਦਾ, ਕਦੇ ਕਹਿੰਦੇ ਆ ਅਸੀਂ। ਮਰ ਜਾਂਦੇ ਆ, ਜੇ ਮਰ ਗਿਆ ਜਿੱਦੇ ਉਹਦੇ ਜਿਹਦੇ ਚਿਖਾਂ ਨੂੰ ਅੱਗ ਲਾਉਣੀ, ਪਰ ਕਹਿੰਦੇ ਨਹੀਂ, 5 ਮਿੰਟ ਕੋਲ ਨਹੀਂ ਬਹਿੰਦੇ, ਦਵਾਈਆਂ ਲਿਆ ਦੂਗਾ ਆਪੇ ਫੜਾ ਦੀ, ਇਦਾਂ ਦਾ ਸੁਭਾਅ ਹੈ ਸਾਡਾ, ਖੁੱਲ ਕੇ ਕਦੀ ਗੱਲ ਨਹੀਂ ਕੀਤੀ, ਘਰ ਵਾਲੀ ਨਾਲ ਰਹੀ ਜਾਂਦਾ ਹੈ, ਪਰ ਇੱਕ ਵਾਰ ਵੀ ਕਦੇ ਉਹਨੂੰ ਇਹ ਨਹੀਂ ਕਹਿੰਦਾ ਵੀ ਜਿੱਦੇ ਤੂੰ ਮਰ ਗਈ ਮੇਰਾ ਘਰ ਉੱਜੜ ਜੂ, ਮੈਂ ਪਿਆਰ ਤੇਰੇ ਨਾਲ ਬਹੁਤ ਕਰਦਾ, ਕਦੇ ਨਹੀਂ, ਕਦੇ ਵੀ ਅਸੀਂ ਇਹ ਗੱਲਾਂ ਨਹੀਂ ਕਰਦੇ, ਖੁੱਲ ਕੇ ਕਦੀ ਨਹੀਂ ਕਿਹਾ। ਵੇਖੋ ਪਿਓ ਕੋਲ ਬਹਿ, ਪਿਓ ਨਾਲ ਗੱਲ ਕੀਤੀ 5 ਮਿੰਟ, ਬਾਪੂ ਨੂੰ 5, ਮਾਂ ਨੂੰ 5 ਮਿੰਟ ਦਿੱਤੇ, ਫਿਰ ਬੱਚਿਆਂ ਨਾਲ ਗੱਲ ਕਰਦਾ, ਹਾਂ ਵੀ ਪੜ੍ਹਾਈ ਵਿਖਾਓ, ਤੁਹਾਡੀਆਂ ਕਿਤਾਬਾਂ ਕਤੂਬਾਂ ਕਿਵੇਂ ਐ, 5 ਮਿੰਟ ਨਿਆਣਿਆਂ ਤੇ ਲਾਤੇ, ਖਿਡੌਣੇ ਵੇਖੇ, ਨਿਆਣਿਆਂ ਦਾ ਸਮਾਨ ਸਮੂਨ ਵੇਖਿਆ, ਪੜ੍ਹਾਈ ਵੇਖੀ, ਫਿਰ ਘਰ ਵਾਲੀ ਦੇ ਉਹਦੇ ਨਾਲ ਬਹਿ ਕੇ ਗੱਲਾਂ ਕਰਦਾ, ਨਾਲੇ ਖਾਂਦਾ ਪਰੌਂਠੇ, ਨਾਲੇ ਕਹਿੰਦਾ ਵੀ ਤੇਰੇ ਵਰਗੇ ਪਰੌਂਠੇ ਨਹੀਂ ਬਣਾ ਸਕਦਾ, ਉਹ ਵੀ ਖੁਸ਼ ਵੀ ਕਿਉਂਕਿ ਵਿਚਾਰੀ ਸਵੇਰ ਦੀ ਲੱਗੀ ਹੈ, ਸੁਣਨਾ ਤਾਂ ਚਾਹੁੰਦੀ ਹੋਈ ਹੈ ਵੀ ਵਧੀਆ ਬਣਿਆ, ਹੁਣ ਉਹਨੂੰ ਵੀ ਸ਼ਾਬਾਸ਼ੇ ਦੇਤੀ, ਉਹ ਵੀ ਬੜੀ ਖੁਸ਼ ਹੈ ਵੀ ਵਾਹ ਘਰ ਵਾਲਾ ਹੋਵੇ, ਤੇ ਇਹਦੇ ਹਰੇਕ ਜਨਮ ਵਿੱਚ ਮੈਨੂੰ
ਇਹਦੇ ਵਰਗਾ ਹੀ ਬੰਦਾ ਮਿਲੇ ਹੁਣ ਕਹਿੰਦਾ ਭਗਵਾਨ ਨੇ 4 ਵਜੇ ਦੀ ਉੱਠੀ ਫਿਰਦੀ ਹੁਣ ਦਿਨੇ ਸੌਲੀ ਤੋਂ ਪਰੌਂਠੇ ਪਰੌਂਠੇ ਬਣ ਗਏ ਟੌਰ ਨਾਲ ਖਾਦੀ ਘਰ ਵਾਲੀ ਨੂੰ ਵੀ ਟਾਈਮ ਦਿੱਤਾ ਬੱਚਿਆਂ ਨੂੰ ਵੀ ਟਾਈਮ ਦਿੱਤਾ ਮਾਂ ਪਿਓ ਨੂੰ ਵੀ ਟਾਈਮ ਦਿੱਤਾ ਆਪਣੇ ਸਰੀਰ ਨੂੰ ਵੀ ਟਾਈਮ ਦਿੱਤਾ ਮਾਲਿਸ਼ ਕੀਤੀ ਸਿਹਤ ਬਣਾਈ ਐਕਸਰਸਾਈਜ਼ ਕੀਤੀ ਨਹਾਤਾ ਫੁੱਲ ਰਿਲੈਕਸ ਆਰਾਮ ਕੀਤਾ ਫਿਰ ਬੈਠਾ ਗੱਡੀ 'ਚ ਗੱਡੀ ਦੇ ਵਿੱਚ ਬਾਣੀ ਦੀ ਟੇਪ ਚੱਲ ਪਈ ਸ਼ਬਦ ਚੱਲਦਾ ਹੈ ਤੁਰਿਆ ਜਾਂਦਾ ਹੌਲੀ ਹੌਲੀ ਆਰਾਮ ਨਾਲ ਪਹੁੰਚਿਆ ਬਠਿੰਡੇ ਬਠਿੰਡੇ ਗੱਡੀ ਲਾਤੀ ਸਟੇਸ਼ਨ ਤੇ ਉੱਥੇ ਉਤਰ ਕੇ ਕਹਿੰਦਾ ਟ੍ਰੇਨ ਅਜੇ 5 ਮਿੰਟ ਰਹਿੰਦੇ ਆ ਪਹਿਲਾਂ ਹੀ 5 ਮਿੰਟ ਪਹੁੰਚ ਗਿਆ ਜਾ ਕੇ ਕੌਫੀ ਪੀਤੀ ਸਟੇਸ਼ਨ ਤੇ ਖੜ ਕੇ ਟ੍ਰੇਨ ਦੇ ਵਿੱਚ ਬੈਠਾ ਹੈ ਟ੍ਰੇਨ 'ਚ ਬੈਠਾ ਉਹਨੂੰ ਕੋਈ ਬੰਦਾ ਕਹਿੰਦਾ ਆਜੋ ਤੈਨੂੰ ਸਿਮਰਨ ਕਰਾਵਾਂ ਟ੍ਰੇਨ 'ਚ ਅੱਗੇ ਇੱਕ ਬੰਦਾ ਬੈਠਾ ਕਹਿੰਦਾ ਤੈਨੂੰ ਸਿਮਰਨ ਕਰਾਵਾਂ ਕਹਿੰਦੇ ਸਿਮਰਨ ਨਾਲ ਕੀ ਹੋਊ ਇਹ ਪੁੱਛਦਾ ਕਹਿੰਦੇ ਆਨੰਦ ਜਿਹਾ ਆਊ ਕਹਿੰਦਾ ਜਦੋਂ ਮੈਂ ਸੌਣ ਲੱਗਿਆ ਸੀ ਉਦੋਂ ਵੀ ਆਨੰਦੀ ਸੀ ਜਦੋਂ ਮੈਂ ਸਵੇਰੇ ਉੱਠਿਆ ਉਦੋਂ ਵੀ ਆਨੰਦੀ ਸੀ ਜਦੋਂ ਮੈਂ ਬਾਪੂ ਕੋਲੇ ਬੈਠਾ ਉਦੋਂ ਵੀ ਆਨੰਦੀ ਸੀ ਜਦੋਂ ਮਾਂ ਨੂੰ ਮਿਲਿਆ ਉਦੋਂ ਵੀ ਆਨੰਦ ਜਦੋਂ ਗੱਡੀ 'ਚ ਆਇਆ ਉਦੋਂ ਵੀ ਆਨੰਦੀ ਸੀ ਹੁਣ ਵੀ ਆਨੰਦੀ ਹੈ ਸਦਾ ਆਨੰਦ ਰਹੇ ਦਿਨ ਰਾਤੀ ਸਦਾ ਹੀ ਆਨੰਦ 'ਚ ਰਹੀਦਾ ਹਰ ਵੇਲੇ ਹੀ ਰਹੀਦਾ ਕਦੇ ਮਿਸ ਹੀ ਨਹੀਂ ਹੁੰਦਾ ਹਰ ਵੇਲੇ ਆਨੰਦ ਹੀ ਆਨੰਦ ਹੈ ਇੱਕ ਬੰਦੇ ਦੀ ਗੱਲ ਹੋ ਗਈ ਹੁਣ ਦੂਜੇ ਦੀ ਸੁਣਿਓ ਇੱਕ ਮੇਰੇ ਵਰਗਾ ਲੀਚੜ ਵਿਹਲੜ ਨਿਕੰਮਾ ਇੱਕ ਉਹ ਹੈ ਉਹਨੇ ਸੌਣਾ ਸੀ 9 ਵਜੇ ਕਿਉਂਕਿ ਉੱਠਣਾ ਸੀ 4 ਵਜੇ ਉਹ ਫਿਲਮ ਚੱਲਦੀ ਸੀ ਵਧੀਆ ਛੱਡਣ ਨੂੰ ਜੀ ਨਹੀਂ ਕੀਤਾ ਵੱਜ ਗਿਆ 1 ਕਿੰਨੇ ਵੱਜ ਗਏ 1 ਅਲਾਰਮ ਲਾਇਆ 4 ਵਜੇ ਦਾ ਅੱਖ ਹੀ ਨਹੀਂ ਖੁੱਲੀ ਹੁਣ ਕਿੰਨੇ ਵਜੇ ਜਾਗ ਆਈ 5:30 ਬਹਿ ਗਿਆ ਬੇੜਾ 5:30 ਜੇ ਵਿਲ ਨਾਲ ਉੱਠਣਾ ਤੇ ਸੌਣਾ ਵੀ ਵਿਲ ਨਾਲ ਪੈਂਦਾ ਹੁਣ 5:30 ਜਦੋਂ ਬੰਦਾ ਉੱਠਿਆ ਚੱਕ ਕੇ ਮਾਲੀ ਰਜਾਈ ਪਰੇ ਬਰਸ਼ ਵਾਲਾ ਕੰਮ ਤੇ ਕਹਿੰਦਾ ਰਹਿਣ ਹੀ ਦੇ ਇਹ ਔਖਾ 5 ਮਿੰਟ ਲੱਗ ਜਾਣਗੇ ਹੁਣ ਪੇਟ ਵੇਖੋ ਜਦੋਂ ਬ੍ਰੇਨ ਪੇਟ ਵੀ ਉਦੋਂ ਹੀ ਸਾਫ਼ ਹੋਣਾ ਜਦੋਂ ਤੁਸੀਂ ਠੀਕ ਹੋਵੋਗੇ ਬ੍ਰੇਨ ਰਿਲੈਕਸ ਹੋਊਗਾ ਸਟ੍ਰੈਸ ਪੈ ਗਈ ਉਧਰੋਂ ਵੀ ਠੀਕ ਹੀ ਹੈ ਕੰਮ ਫੇਰ ਉਹ ਕਹਿੰਦਾ ਉਹ ਸੁਣੋ ਵੀ ਸੁਣੋ ਗੱਲ ਸੁਣੋ ਧਿਆਨ ਨਾਲ ਸੁਣਿਓ ਗੱਲ ਆਪਾਂ ਨੂੰ ਘਰ ਦੀ ਕਰਨੀ ਪੈਣੀ ਸਿੱਧੀ ਸਾਡੀ ਰੋਜ਼ ਜ਼ਿੰਦਗੀ 'ਚ ਆਉਣ ਵਾਲੀ ਗੱਲ ਕਰਨੀ ਵੇਖਿਓ ਉਹ ਕਹਿੰਦਾ ਨਹਾਉਣ ਨੂੰ ਰਹਿਣ ਦਿਓ 5 ਇਸ਼ਨਾਨਾ ਠੀਕ ਨਹਾਤਾ ਨਹੀਂ ਐਂ ਕਰਕੇ ਨਾ ਪੱਪਲ ਪੀੜਾ ਜਿਹੀ ਐਂ ਪਾ ਕੇ ਮੂੰਹ ਤੇ ਪਾਣੀ ਤੇ ਭੱਜ ਲਿਆ ਹੁਣ ਨਾ ਤੇ ਮਾਂ ਨੂੰ ਮਿਲਿਆ ਵੇ ਪੁੱਤ ਗੱਲ ਸੁਣ ਵੇ ਪੁੱਤ ਦਵਾਈ ਮੇਰੀ ਉਹ ਗੱਲ ਨਹੀਂ ਸੁਣੀ ਨਿਆਣਿਆਂ ਕਨੀ ਤੇ ਵੇਖਿਆ ਵੀ ਨਹੀਂ ਉਹ ਕਹਿੰਦੀ ਪਰੌਂਠੇ ਜੀ ਬਣੇ ਨੇ ਸਵੇਰ ਪਰੇ ਲੈ ਜਾ ਪਰੌਂਠੇ ਤੈਨੂੰ ਪਤਾ ਨਹੀਂ ਮੈਂ ਲੇਟ ਹੋ ਗਿਆ ਤੈਨੂੰ ਪਰੌਂਠਿਆਂ ਦੀ ਅੱਗ ਲੱਗੀ ਪਈ ਆ ਪਰ ਤੂੰ ਅੱਗੇ ਪਰੇ ਹੱਕ ਕਰ ਉਹਦਾ ਐਡਾ ਮੂੰਹ ਸੁੱਜ ਗਿਆ ਹੁਣ ਉਹ ਤੇ ਸੁੱਜਣਾ ਹੀ ਹੈ ਵੀ ਮਰ ਜਾਣਿਆ ਮੈਂ ਸਵੇਰ ਦੀ 4 ਵਜੇ ਦੀ ਲੱਗੀ ਵੀ ਤੂੰ ਪੁੱਠਿਆ ਤੇ ਤੂੰ ਨਹੀਂ ਨਿਕੰਮਾ ਤੂੰ ਵਿਹਲੜਾ ਤੂੰ ਸੁੱਤਾ ਹੈ ਨਹੀਂ ਰਾਤ ਹੁਣ ਮੈਂ 4 ਵਜੇ ਦੀ ਲੱਗੀ ਹਾਂ ਤੇਰੇ ਲਈ ਮੈਂ ਮੋਹਰਾ ਬਣਾਇਆ ਤੂੰ ਖਾ ਤੇ ਜਾ ਹੁਣ ਕਹਿੰਦੀਆਂ ਕਿ ਨਹੀਂ ਕਹਿੰਦੀਆਂ ਇਦਾਂ ਗੁੱਸੇ 'ਚ ਅਗਲਾ ਕਰੇ ਕੀ ਫਿਰ ਹੁਣ ਨਿਕੰਮਿਆਂ ਬੰਦਿਆਂ ਨੂੰ ਛਿੱਤਰ ਹੀ ਪੈਂਦੇ ਨੇ ਮਾਂ ਨੇ ਵੀ ਮਾਰਨੇ ਨੇ ਘਰ ਵਾਲੀ ਨੇ ਮਾਰਨੇ ਨੇ ਪਿਓ ਨੇ ਵੀ ਮਾਰਨੇ ਨਿਆਣੇ ਵੀ ਕਹਿਣਗੇ ਕਾਹਦਾ ਪਿਓ ਐ ਯਾਰ ਤੂੰ ਕਦੇ ਚੈੱਕ ਵੀ ਕਰਦਾ ਕਦੇ ਡੈਰੀ ਵੇਖੀ ਮੇਰੀ ਕਦੇ ਕਿਤਾਬਾਂ ਵੇਖੀਆਂ ਮੇਰੀਆਂ ਕਦੇ ਮੈਨੂੰ ਪੁੱਛਿਆ ਤਾਂ ਠੀਕ ਹੈ ਕਿ ਨਹੀਂ ਤੈਨੂੰ ਪੱਤਿਆਂ ਤੋਂ ਬਿਨਾਂ ਤੈਨੂੰ ਉੱਥੇ ਖੇਡਣ ਤੋਂ ਬਿਨਾਂ ਤੈਨੂੰ ਮੋਬਾਈਲ ਤੋਂ ਬਿਨਾਂ ਕਦੇ ਸਾਡੇ ਕੰਨੀ ਦੇਖਦਾ ਤੂੰ 5 ਮਿੰਟ ਟਾਈਮ ਦੇਣਾ ਤੂੰ ਮੈਨੂੰ ਕਾਹਦਾ ਪਿਓ ਐ ਯਾਰ ਤੂੰ ਨਿਆਣਿਆਂ ਨੇ ਕਹਿਣਾ ਤੁਹਾਨੂੰ ਉਹ ਵੇਖਿਓ ਉਹਦਾ ਐਡਾ ਮੂੰਹ ਸੁੱਜ ਗਿਆ ਵੀ ਲੈ ਇਹ ਹੱਦ ਹੋ ਗਈ ਗੱਡੀ ਦੇ ਵਿੱਚ ਮਾਰੀ ਸੈਲਫ ਕਿਹੜੀ ਬਾਣੀ ਦੀ ਟੇਪ ਉੱਥੇ ਭਜੋਲੀ ਗੱਡੀ ਅੱਛਾ ਜੀ ਗੱਡੀ ਤੇਜ਼ ਚੱਲਦੀ ਹੈ ਅੱਗੇ ਨਾ ਸਵੇਰੇ ਹੀ ਪੁਲਿਸ ਵਾਲੇ ਖੜੇ ਕੈਮਰਾ ਲਾ ਕੇ ਉਹਨਾਂ ਨੇ ਗੱਡੀ ਘੇਰ ਲਈ ਚਲਾਨ ਕੱਟਤਾ 1200 ਰੁਪਈਆ ਕਹਿੰਦੇ ਭਰ ਕੇ ਜਾ 1200 ਦੀ ਟਿਕਟ ਲੱਗ ਗਈ ਜਦੋਂ ਪਹੁੰਚਿਆ ਬਠਿੰਡੇ ਜਾਂਦਿਆਂ ਨੂੰ ਟ੍ਰੇਨ ਲੰਘ ਗਈ ਹੁਣ ਕਹਿੰਦੇ ਉਹ ਕਹਿੰਦੇ ਨਵੀਂ ਟਿਕਟ ਖਰੀਦ ਦੂਜੀ ਟ੍ਰੇਨ ਆਊ 1200-1500 ਹੋਰ ਲੱਗ ਗਿਆ ਨੁਕਸਾਨ ਕਿੰਨੇ ਦਾ ਹੋ ਗਿਆ 3000 ਦਾ ਤੇ ਹੁਣ ਨਾ ਜੀ 3000 ਦਾ ਨੁਕਸਾਨ ਕਰਾ ਕੇ ਨਵੀਂ ਟਿਕਟ ਲੈ ਕੇ 12 ਵਜੇ ਤੱਕ ਸਟੇਸ਼ਨ ਤੇ ਬੈਠਾ ਰਿਹਾ ਤੇ 12 ਵਜੇ ਜਦੋਂ ਗੱਡੀ 'ਚ ਬੈਠਾ ਹੁਣ ਇਹਨੂੰ ਗੁਟਕਾ ਫੜਾਓ ਵੀ ਨਿਤਨੇਮ ਕਰ ਲੈ ਸਹਿਜ ਪਾਠ ਕਰਾਈਏ ਭਲਾ ਇਹਦੇ ਤੋਂ
ਇਹਨੂੰ ਅਰਥ ਸੁਣਾਈਏ ਢੱਡਰੀਆਂ ਵਾਲਾ ਭਾਉ ਇਹਦੇ ਅੱਗੇ ਵੀ ਅਰਥ ਸੁਣਾ ਇਹਨੂੰ ਹੁਣ ਮੇਰੀ ਕਥਾ ਉਹ ਸੁੱਜਿਆ ਮੂੰਹ ਕਿਵੇਂ ਠੀਕ ਕਰੂ ਮੈਂ ਤੇ ਉਹਦੇ ਸਾਹਮਣੇ ਬਹਿ ਜੂ ਵੀ ਲੈ ਤੈਨੂੰ ਨਾਮ ਜਪਾਵਾਂ ਓਏ ਆ ਜਾ ਤੈਨੂੰ ਸ਼ਾਂਤ ਕਰਾਂ ਮੈਂ ਉਹਨੂੰ ਸ਼ਾਂਤ ਕਰ ਦੂੰ ਉਹਨੂੰ ਮੈਂ ਉਹ ਉਹਨੂੰ ਵਾਹਿਗੁਰੂ ਕਰਾਈਏ ਵੀ ਐਂ ਅੱਖਾਂ ਬੰਦ ਕਰ ਭਾਈਆ ਐਂ ਮੇਰੇ ਸਾਹਮਣੇ ਬਹਾਲਾ ਟ੍ਰੇਨ ਦੇ ਵਿੱਚ ਵੀ ਅੱਖਾਂ ਬੰਦ ਐਂ ਤਾਂ ਨੂੰ ਚਾੜ ਸੁਰਤ ਉਹਨੂੰ ਉਹਦਾ ਸੁੱਜਿਆ ਮੂੰਹ ਦਿਸੀ ਜਾਣਾ ਵੀ ਉਹ ਕਹੂਗੀ ਵੀ ਲੈ ਉਹਦੇ ਲੜ ਕੇ ਆਇਆ ਘਰ ਵਾਲੀ ਨਾਲ ਉਹਨਾਂ ਬੰਦਿਆਂ ਨੂੰ ਕੋਈ ਨਹੀਂ ਸ਼ਾਂਤ ਕਰ ਸਕਦਾ ਜਿਹੜੇ ਜ਼ਿੰਮੇਵਾਰੀਆਂ ਤੋਂ ਭਗੌੜੇ ਐ ਆਪਣੇ ਫਰਜ਼ਾਂ ਤੋਂ ਭਗੌੜੇ ਐ ਤੇ ਜਿਹੜੇ ਜ਼ਿੰਮੇਵਾਰੀਆਂ ਹੱਸ ਹੱਸ ਕੇ ਨਿਭਾਉਂਦੇ ਐ ਉਹਨਾਂ ਨੂੰ ਦੁਨੀਆ 'ਚ ਜੰਮਿਆ ਨਹੀਂ ਕੋਈ ਜਿਹੜਾ ਦੁਖੀ ਕਰ ਸਕੇ ਦੁਖੀ ਨਹੀਂ ਕਰ ਸਕਦਾ ਫਰਜ਼ ਨਿਭਾਉਂਦੇ ਆ